ਮਹਾਨਾ ਮਹਿਫਲ ਪਾਕ 'ਤੇ ਵੀ ਐਲਾਨ ਕੀਤਾ ਗਿਆ ਸੀ। ਇਸ ਵਜ੍ਹਾ ਨਾਲ ਤੁਹਾਨੂੰ ਪਤਾ ਕਿ ਕਿਰਦਾਰ ਸਾਹਿਬ ਨੂੰ ਫਰਮਾਇਆ ਸੀ ਕਿ 5 ਤਰੀਕ ਵਾਲੀ ਜਿਹੜੀ ਮਹਾਨਾ ਮਹਿਫਲ ਹੈ, ਅਗਰ ਉਹਦੇ 'ਤੇ ਗੁਆਉਣਾ ਚਾਹੇ ਤਾਂ ਬਿਸਮਿਲਲਾ ਮਹਿਫਲ ਪਾਕ ਹੋਏਗੀ, ਖਤਮਸ਼ੀ ਵੀ ਹੋਏਗਾ। ਲੇਕਿਨ 16 ਨਵੰਬਰ ਵਲੀ ਇਬਨ ਵਲੀ ਆਸ਼ਕ ਮਦੀਨਾ ਹਜ਼ੂਰ ਕਿਬਲਾ ਪੀਰ ਸੈਦ ਖਾਲਦ ਰਸ਼ੀਦ ਹੁਸੈਨ ਸ਼ਾਹ ਸਾਹਿਬ ਰਹਿਮਤੁਲਲਾਹ ਅਲੈਹ, ਉਹਨਾਂ ਦਾ ਸਲਾਨਾ ਮਰਕਜ਼ੀ ਉਸ ਮੁਬਾਰਕ ਇਨਸ਼ਾਅੱਲਾ 16 ਨਵੰਬਰ ਨੂੰ ਹੋਏਗਾ। ਤਮਾਮ ਦੋਸਤਾਂ ਨੇ ਬਵਜ਼ੂ ਸਫੈਦ ਕੱਪੜੇ, ਜਿਸ ਤਰ੍ਹਾਂ ਕਿਬਲਾ ਸਾਹਿਬ ਨੇ ਹੁਕਮ ਫਰਮਾਇਆ, ਔਰ ਸਫੈਦ ਟੋਪੀਆਂ ਨਾਲ ਕੋਸ਼ਿਸ਼ ਕਰਨੀ ਹੈ। ਦਿਨ ਛੋਟੇ ਨੇ, ਜਲਦੀ ਜਲਦੀ ਆਇਓ ਤਾਂ ਕਿ ਜਿਹੜਾ 9 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏ। ਇਨਸ਼ਾਅੱਲਾ ਜਿਸ ਤਰ੍ਹਾਂ ਫਿਰ ਇਨਸ਼ਾਅੱਲਾ ਪ੍ਰੋਗਰਾਮ ਜਾਰੀ ਰਹੇਗਾ। ਕੋਸ਼ਿਸ਼ ਵੇ ਅਗਰ ਤੁਸੀਂ ਜਲਦੀ ਆਓਗੇ ਤਾਂ ਕਿ ਜ਼ੋਰ ਤੱਕ ਦੁਆ ਹੋ ਜਾਏ ਇਨਸ਼ਾਅੱਲਾ। ਮੁਲਕ ਦੇ ਨਾਮ ਔਰ ਸਾਹਿਬ ਆਪ ਦਾ ਖਸੂਸੀ ਬਿਆਨ ਵੀ ਹੋਏਗਾ। ਇਸ ਤੋਂ ਇਲਾਵਾ ਵੀ ਗੁਰਮਾ ਕਰਾਮ ਤਸ਼ਰੀਫ ਬਿਆਨ ਦੇ ਤਮਾਮ ਦੋਸਤਾਂ ਨੂੰ, ਜਿਤਨੇ ਵੀਰ ਭਾਈ ਨੇ, ਆਪਣੇ ਯਾਰਾਂ ਦੋਸਤਾਂ ਨੂੰ ਦਾਵਤ ਦਿਓ ਅਤੇ ਭਰਪੂਰ ਸ਼ਿਰਕਤ ਫਰਮਾਇਓ। ਤੁਹਾਡੇ ਸਾਹਮਣੇ ਖਿਲਾਫਤ ਕਲਾਮ ਪਾਕ ਲਈ ਹਜ਼ਰਤ ਅਲਾਮਾ ਮੌਲਾਨਾ ਕਾਰੀ ਮੁਹੰਮਦ ਸਫਦਰ ਚਾਈ ਸਾਹਿਬ ਤਸ਼ਰੀਫ ਲੈਂਦੇ ਨੇ। ਉਹਨਾਂ ਦੀ ਆਮਦ ਤੋਂ ਪਹਿਲੇ ਮੁਹੱਬਤ ਭਰਾ ਨਾਰਾ, ਨਾਰੇ ਤਕਬੀਰ, ਨਾਰੇ ਰਿਸਾਲਤ।